ਜੀ ਆਇਆਂ ਨੂੰ ਜੀ ਮਾਰਨਿੰਗ ਵਿਦ ਰੈਂਬੋ ਐਂਡ ਸਾਹਿਬ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਖਾਂਦੇ ਰਹੋ ਪਾਜੀ ਜੀਂਦੇ ਰਹੋ ਜਨਾਬ ਸਾਡੇ ਨਾਲ ਕੌਣ ਆਏ ਨੇ ਜੀ ਜੁਆਇਨ ਕੀਤਾ ਹੈ ਮੁਹੰਮਦ ਦਾਊਦ ਸ਼ੇਖ ਸਾਹਿਬ ਨੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਬਿਲਕੁਲ ਠੀਕ ਠਾਕ ਸ਼ੁਕਰ ਫਰਾਂ ਅਨਵਰ ਸਾਹਿਬ ਸਾਡੇ ਨਾਲ ਨੇ ਔਰ ਕਾਸ਼ਾਨ ਵੀ ਸਾਡੇ ਨਾਲ ਨੇ ਜੀ ਜੀ ਔਰ ਇਹ ਜਨਾਬ ਸਾਡੇ ਨਾਲ ਨਵੇਂ ਪ੍ਰਾਹੁਣੇ ਆਏ ਨੇ ਔਰ ਬੜੀ ਮਜ਼ੇਦਾਰ ਜੀ ਗੱਲ ਹੈ ਮੈਂ ਇੱਕ ਨਿਆ ਨਿਜ਼ਾਮੇ ਤਾਲੀਮ ਸੁਣਿਆ ਸੀ ਕੀ ਕਹਿੰਦੇ ਉਹਨੂੰ ਤੁਸੀਂ ਅਸੀਂ ਕਹਿੰਦੇ ਉਹਨੂੰ ਮੈਚੋਰ ਸਟੱਡੀ ਕਨਸੈਪਟ ਮੈਚੋਰ ਸਟੱਡੀ ਕਨਸੈਪਟ ਵੈਸੇ ਤੇ ਇਹਦੇ ਚ ਕਾਫੀ ਚੀਜ਼ਾਂ ਨੇ ਲੇਕਿਨ ਇਹ ਇੱਕ ਮਜ਼ੇਦਾਰ ਚੀਜ਼ ਜਿਹੜੀ ਨਾ ਮੈਚੋਰ ਸਟੱਡੀ ਕਨਸੈਪਟ ਕਿਉਂਕਿ ਫਸਟ ਟਾਈਮ ਇਨਸ਼ਾਅੱਲਾ ਪਾਕਿਸਤਾਨ ਜਿਹੜਾ ਮੈਚੋਰ ਕੀ ਮਤਲਬ ਤੁਸੀਂ ਮੈਚੋਰ ਬੰਦੇ ਲੈ ਕੇ ਉਹਨਾਂ ਨੂੰ ਸਟੱਡੀ ਕਰਾਉਂਦੇ ਆ ਨਹੀਂ ਐਰਾ ਕੁਝ ਇਸ ਤਰ੍ਹਾਂ ਕਨਸੈਪਟ ਹੈ ਕਿ ਜਿਹੜਾ ਪ੍ਰੈਕਟੀਸ਼ਨਰ ਹੁੰਦਾ ਹੈ ਮਸਲਨ ਜਿਹੜਾ ਵਰਕਸ਼ਾਪ ਤੋਂ ਮੁੰਡਾ ਕੰਮ ਕਰ ਰਿਹਾ ਸਾਡਾ ਆਰ ਐਂਡ ਡੀ ਸੈੱਲ ਹੈ ਔਰ ਅਸੀਂ ਇਨਸ਼ਾਅੱਲਾ ਆਪਣੀ ਯੂਨੀਵਰਸਿਟੀ ਸੈਪਰੇਟ ਆਰ ਐਂਡ ਡੀ ਸੈੱਲ ਬਣਾ ਰਹੇ ਹਾਂ ਇੱਥੇ ਪਾਕਿਸਤਾਨ 'ਚ ਯੂਨੀਵਰਸਿਟੀ ਵੀ ਬਣ ਰਹੀ ਜੀ ਬਿਲਕੁਲ ਅੱਛਾ ਜੀ ਯੂਨੀਵਰਸਿਟੀਜ਼ ਬਹੁਤ ਘੱਟ ਹੁੰਦਾ ਕਿ ਆਰ ਐਂਡ ਡੀ ਸੈੱਲ ਹੋਣ ਅਤੇ ਉਹ ਆਰ ਐਂਡ ਡੀ ਸੈੱਲ ਇਹੀ ਕਰੇਗਾ ਕਿ ਉਹ ਜਿਹੜੇ ਵਰਕਸ਼ਾਪ 'ਚ ਬੱਚੇ ਕੰਮ ਕਰਦੇ ਨੇ ਉਹਨਾਂ ਨੂੰ ਉੱਥੋਂ ਫੜੇਗਾ ਠੀਕ ਹੈ ਉਹਨਾਂ ਦੇ ਘਰ ਵਾਲਿਆਂ ਨੂੰ ਸਟਾਈਪੈਂਡ ਜਿਹੜਾ ਉਹ ਥੋੜ੍ਹੇ ਪੈਸੇ ਦੇਗਾ ਹਰ ਮਹੀਨੇ ਕਿਉਂਕਿ ਉਹਨਾਂ ਨੇ ਖਰਚਾ ਵੀ ਆਪਣਾ ਚਲਾਉਣਾ ਹੈ ਠੀਕ ਹੈ ਉਸ ਬੱਚੇ ਨੂੰ ਫਿਰ ਅਸੀਂ ਜਿਹੜਾ ਉਹ ਅਸੀਂ ਪੜ੍ਹਾਵਾਂਗੇ ਵੀ ਨਾਲ ਠੀਕ ਹੈ ਕੰਮ ਕਰ ਰਿਹਾ ਸੀ ਉਹਦੇ 'ਚ ਉਹਦਾ ਦੱਸਾਂਗੇ ਵੀ ਉਹਨੂੰ ਉਹਨੂੰ ਥੋੜ੍ਹਾ ਪੜ੍ਹਾਵਾਂਗੇ ਵੀ ਉਹਦੇ ਬਾਰੇ 'ਚ ਮਸਲਨ ਉਹ ਗੱਡੀ ਜਿਹੜੀ ਉਹ ਗੱਡੀ ਨੂੰ ਵੇਖ ਕੇ ਫੌਰਨ ਦੱਸ ਦਿੰਦਾ ਉਹਦੇ 'ਚ ਨੁਕਸ ਕੀ ਹੈ ਉਹ ਗੱਡੀ ਦੇ ਪੁਰਜ਼ਿਆਂ ਦੇ ਬਾਰੇ ਜਾਣਦਾ ਲੇਕਿਨ ਗੱਡੀ ਦੇ ਪੁਰਜ਼ਿਆਂ ਦੇ ਉੱਤੇ ਲਿਖੀ ਹੋਈ ਚੀਜ਼ ਨਹੀਂ ਉਹ ਪੜ੍ਹ ਸਕਦਾ ਔਰ ਪ੍ਰੀਕੋਸ਼ਨਸ ਕੀ ਨੇ ਅਸੀਂ ਉਹਨੂੰ ਨਾਲ ਪੜ੍ਹਾਵਾਂਗੇ ਵੀ ਔਰ ਤੁਸੀਂ ਇੱਕ ਮਕੈਨਿਕ ਨੂੰ ਇੰਜੀਨੀਅਰ ਪੜ੍ਹਾਓਗੇ ਇੰਜੀਨੀਅਰ ਔਰ ਡਿਗਰੀ ਦਾ ਸ਼ੈਲਟਰ ਦੇਵਾਂਗੇ ਸਭ ਤੋਂ ਵੱਡੀ ਗੱਲ ਕਿਉਂ ਇੱਥੇ ਜਿਹੜਾ ਬੀ ਐਸ ਆਟੋਮੋਬਾਈਲ ਇੰਜੀਨੀਅਰਿੰਗ ਬੱਚਾ ਕਰਦਾ ਉਹ ਫਿਰ ਵੀ ਕਿਤੇ ਨਾ ਕਿਤੇ ਫਿੱਟ ਹੋ ਜਾਂਦਾ ਕਿਉਂਕਿ ਉਹਦੇ ਕੋਲ ਇੱਕ ਡਿਗਰੀ ਦਾ ਸ਼ੈਲਟਰ ਹੁੰਦਾ ਉਹਦੇ ਕੋਲ ਡਿਗਰੀ ਹੁੰਦੀ ਹੈ ਜਦਕਿ ਉਹ ਬੱਚਾ ਆ ਗਿਆ ਔਰ ਉਹਦਾ ਸਾਰੀ ਜ਼ਿੰਦਗੀ ਮੁਸਤਕਬਿਲ ਇਹ ਨਹੀਂ ਕਿ ਉਹਦੇ ਕੱਪੜੇ ਖਰਾਬ ਰਹਿਣਗੇ ਉਹ ਸਾਰੀ ਜ਼ਿੰਦਗੀ ਗਰੀਬੀ 'ਚ ਗੁਜ਼ਾਰੇਗਾ ਉਹਦਾ ਵੀ ਹੱਕ ਬਣਦਾ ਅੱਛੀ ਉਹਨੂੰ ਵੱਡੇ ਹੋਣ ਤੱਕ ਹੀ ਆਵਾਜ਼ ਆਉਂਦੀ ਉਹ ਛੋਟੇ ਬਿਲਕੁਲ ਉਹ ਛੋਟਾ ਹੀ ਰਹਿੰਦਾ ਭਾਵੇਂ ਉਹ 50 ਸਾਲ ਦਾ ਹੋ ਜਾਏ ਯਾਰ ਕਿੱਧਰ ਚੱਲੇ ਉਸਤਾਦ ਛੋਟੇ ਕੋਲ ਚੱਲੇ ਡਿਗਰੀ ਦਾ ਸ਼ੈਲਟਰ ਦੇਵਾਂਗੇ ਔਰ ਉਸ ਤੋਂ ਬਾਅਦ ਉਹ ਬੱਚਾ ਅਗਰ ਬਾਹਰ ਵੀ ਜਾਂਦਾ ਬਾਹਰ ਦੇ ਲੋਕਾਂ ਨੂੰ ਵੀ ਜ਼ਿਆਦਾ ਜੀ ਮੈਂ ਖੁਦ ਵੀ ਇਸਮੇ 2008 ਸੇ 2010 ਕੇ ਦੌਰਾਨ ਜੋ ਹੈ ਇਸ ਮੁਲਕ ਪੇ ਜੋ ਹਾਲਾਤ ਗੁਜ਼ਰੇ ਹੈ ਖਾਸ ਤੌਰ ਪੇ ਤੋ ਬਤੌਰ ਨੌਜਵਾਨ ਹਮ ਲੋਗੋਂ ਨੇ ਇਸ ਪੇ ਕਾਫੀ ਗੌਰ ਫਿਕਰ ਕੀਆ ਇਸ ਵਕਤ ਨੌਜਵਾਨ ਬੜਾ ਗੈਰ ਯਕੀਨੀ ਕੀ ਸੂਰਤ ਹਾਲ ਮੇ ਹੈ ਉਸਕੋ ਆਪਣੇ ਮੁਸਤਕਬਲ ਕਾ ਪਤਾ ਨਹੀਂ ਹੈ ਬਿਲਕੁਲ ਡਾਇਰੈਕਸ਼ਨ ਲੈਸ ਹੈ ਉਸੇ ਪਤਾ ਨਹੀਂ ਹੈ ਉਹਨੇ ਆਗੇ ਚੱਲ ਕੇ ਕਿਆ ਕਰਨਾ ਅਲਟੀਮੇਟਲੀ ਉਸਕਾ ਕਿਆ ਨਤੀਜਾ ਨਿਕਲ ਰਿਹਾ ਉਹ ਜਾਂ ਕਿਸੀ ਦਹਿਸ਼ਤਗਰਦ ਤਨਜ਼ੀਮ ਕਾ ਹਿੱਸਾ ਬਣ ਜਾਤਾ ਹੈ ਜਾਂ ਕਿਸੀ ਮਜ਼ਹਬੀ ਤਨਜ਼ੀਮ ਕਾ ਹਿੱਸਾ ਬਣ ਜਾਤਾ ਹੈ ਜਿਸਕੀ ਵਜ੍ਹਾ ਸੇ ਇਸ ਮੁਲਕ ਮੇ ਇੰਤਸ਼ਾਰ ਫੈਲਦਾ ਹਮਨੇ ਇਸ ਚੀਜ਼ ਕੋ ਮੱਦੇਨਜ਼ਰ ਰੱਖਾ ਕਿ ਕੈਸੇ ਹਮ ਉਸਕੀ ਜੋ ਉਸਕਾ ਪੋਟੈਂਸ਼ੀਅਲ ਹੈ ਉਸਕੋ ਪੋਜ਼ੀਟਿਵਲੀ ਯੂਟੀਲਾਈਜ਼ ਕਰ ਸਕਤੇ ਹੈ ਸ਼ਾਇਦ ਮੈਂ ਸ਼ੇਅਰ ਕਰਦਾ ਚਲੂੰ ਕੁਛ ਫੈਕਟਸ ਕਿ ਅਗਰ ਹਮ ਚਾਹੇ ਹਮਾਰੇ ਜੋ ਫੋਰਨ ਰਿਜ਼ਰਵਸ ਹੈ ਉਹ ਬੜ ਸਕਤੇ ਹੈ ਅਗਰ ਹਮ ਸਕਿਲਡ ਲੇਬਰ ਐਕਸਪੋਰਟ ਕੋ ਆਪਣੀ ਇੰਡਸਟਰੀ ਬਣਾ ਲੇ ਅਬ ਯਕੀਨ ਕਰੇ ਕਿ ਜਰਮਨੀ ਰੀਸੈਂਟਲੀ ਵਹਾਂ ਕੀ ਲੇਬਰ ਆਰਗਨਾਈਜੇਸ਼ਨ ਕੇ ਜੋ ਹੈਡ ਹੈ ਉਹਨਾਂ ਰੀਸੈਂਟਲੀ ਇੱਕ ਸਟੇਟਮੈਂਟ ਦੀ ਹੈ ਕਿ ਹਮੇ ਇਨ ਫਿਊਚਰ 60-70 lakh ਸਕਿਲਡ ਪੀਪਲ ਜੋ ਹੈ ਉਨਕੀ ਜ਼ਰੂਰਤ ਹੈ ਅਗਰ ਪਾਕਿਸਤਾਨ ਹੀ ਉਸ ਜ਼ਰੂਰਤ ਕੋ ਪੂਰਾ ਕਰੇ ਪਾਕਿਸਤਾਨ ਯਹਾਂ ਸੇ ਲੋਕ ਭੇਜੇ ਤੋ ਕਿਤਨਾ ਜ਼ਿਆਦਾ ਹਮ ਆਪਣੇ ਫੋਰਨ ਰਿਜ਼ਰਵ ਜੋ ਹੈ ਉਹ ਬੜਾ ਸਕਤੇ ਹੈ ਤੋ ਨੌਜਵਾਨ ਜੋ ਹੈ ਅਗਰ ਹਮ ਉਸਕੋ ਟ੍ਰੇਨ ਕਰੇਂਗੇ ਤੋ ਉਸਕੋ ਆਬਵੀਅਸਲੀ ਜੋਬ ਮਿਲੇਗੀ ਔਰ ਸਭ ਸੇ ਬੜੀ ਬਾਤ ਇਹ ਕਿ ਯਹਾਂ ਪੇ ਜੋਬਸ ਹੈਂ ਇੰਡਸਟਰੀਸਟ ਕਹਤਾ ਹੈ ਮੇਰੇ ਪਾਸ ਜੋਬਸ ਹੈ ਲੇਕਿਨ ਉਹ ਕਹਤਾ ਹੈ ਕਿ ਕੋਈ ਬੰਦਾ ਨਹੀਂ ਹੈ ਮੈਨੇ ਮਾਸਟਰਸ ਕੀਏ ਹੋਏ ਬੰਦੇ ਕੋ ਕਿਆ ਕਰਨਾ ਮੁਝੇ ਤੋ ਉਹ ਬੰਦਾ ਚਾਹੀਏ ਜੋ ਮੇਰੀ ਮਸ਼ੀਨ ਆਪਰੇਟ ਕਰ ਸਕੇ ਮੁਝੇ ਤੋ ਇਲੈਕਟ੍ਰੀਸ਼ੀਅਨ ਚਾਹੀਏ ਮੁਝੇ ਤੋ ਟੈਕਨੀਕਲ ਬੰਦਾ ਚਾਹੀਏ ਜੋ ਮੇਰੀ ਫੈਕਟਰੀ ਚਲਾ ਸਕੇ ਮੈਨੇ ਇੱਕ ਬੰਦੇ ਕੋ ਸਿਰਫ ਬਾਹੂ ਤੋਂ ਨਹੀਂ ਬਣਾਉਣਾ ਬਿਠਾਉਣਾ ਤੋਂ ਨਹੀਂ ਹੈ ਆਬਵੀਅਸਲੀ ਕੰਮ ਵੀ ਕੋਈ ਆਤਾ ਹੈ ਸਕਿੱਲ ਜੋ ਹੈ ਉਹ ਬਹੁਤ ਜ਼ਰੂਰੀ ਹੈ ਹੁਨਰਮੰਦ ਬੰਦਾ ਕਹੀਂ ਵੀ ਬੈਠ ਕੇ ਆਪਣਾ ਰਿਜ਼ਕ ਕਮਾ ਸਕਦਾ ਹੈ ਇਹ ਸਭ ਤੋਂ ਇੰਪੋਰਟੈਂਟ ਹੁਨਰ ਹੱਥ 'ਚ ਹੁਨਰ ਹੋਵੇ ਤੇ ਫਿਰ ਤੁਸੀਂ ਕਦੀ ਵੀ ਭੁੱਖੇ ਨਹੀਂ ਮਾਰ ਸਕਦੇ ਅੱਛਾ ਯੂਨੀਵਰਸਿਟੀ ਜੋ ਆਪ ਬਣਾ ਰਹੇ ਹੈ ਤਾਂ ਇਸਮੇ ਕੌਣ ਕੌਣ ਲੋਕ ਆਪਕੇ ਸਾਥ ਹੈ ਕਿਨ ਕੀ ਕਿਤੋਂ ਗਵਰਨਮੈਂਟ ਕੋ ਜ਼ਮੀਨ ਦਿੱਤੀ ਹੈ ਜਾਂ ਕੁਝ ਕੀਤਾ ਹੈ ਕੋਈ ਅੱਛਾ ਐਰੀ ਸਭ ਤੋਂ ਮਜ਼ੇਦਾਰ ਗੱਲ ਇਹ ਜੇ ਕਿ ਸ਼ਾਇਦ ਤੁਸੀਂ ਹੈਰਾਨ ਵੀ ਹੋ ਕਿ ਇਸ ਯੂਨੀਵਰਸਿਟੀ ਨੂੰ ਬਣਾਉਣ ਵਾਲੇ ਸਟੂਡੈਂਟਸ ਹੀ ਨੇ ਮੈਂ ਖੁਦ ਮੈਨੇਜਿੰਗ ਟਰਸਟੀ ਹਾਂ ਔਰ ਇਸ ਯੂਨੀਵਰਸਿਟੀ ਦਾ ਅਸੀਂ ਜਿਹੜਾ ਇਹ ਆਈਡੀਆ ਡਿਊਰਿੰਗ ਦੈਟ ਪ੍ਰੋਸੈਸ ਜਿਹੜਾ ਉਹ ਅਸੀਂ ਫਲੋਟ ਕੀਤਾ ਜਿਹਨੂੰ ਆਈਡੀਆ ਅਸੀਂ ਆਪਣੇ ਇਰਦ ਗਿਰਦ ਹਲਕੇ ਜਿਹਨਾਂ ਲੋਕਾਂ ਨੂੰ ਜਾਣਦੇ ਸੀ ਉਹਨਾਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਉਹਨਾਂ ਨੂੰ ਆਪਣਾ ਆਈਡੀਆ ਦੱਸਿਆ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ ਇਸ ਮੁਲਕ ਵਾਸਤੇ ਅਤੇ ਉਦੋਂ ਸਾਨੂੰ ਚੌਧਰੀ ਮੁਹੰਮਦ ਇਕਬਾਲ ਸਾਹਿਬ ਜੋ ਕਿ ਸਾਬਕ ਸੂਬਾਈ ਵਜ਼ੀਰ ਨੇ ਉਹਨਾਂ ਨੇ ਜ਼ਮੀਨ ਸਾਨੂੰ ਤੋਹਫੇ ਦੇ ਤੌਰ 'ਤੇ ਦਿੱਤੀ ਅੱਛਾ ਉਦੋਂ ਫਿਰ ਕਿਹੜੀ ਜਗ੍ਹਾ 'ਤੇ ਇਹ ਮੇਨ ਖਿਆਲੀ ਬਾਈ ਪਾਸ 'ਤੇ ਗੁਜਰਾਂਵਾਲਾ ਔਰ ਉਹ ਇਹ ਜ਼ਮੀਨ ਐਸੀ ਜਗ੍ਹਾ 'ਤੇ ਹੋਵੇ ਕਿ ਜਿਹਨੂੰ 4-5 ਵੱਡੇ ਇੰਡਸਟਰੀਅਲ ਹੱਬ ਲੱਗਦੇ ਨੇ ਯਾਨੀ ਕਿ 4-5 ਵੱਡੀਆਂ ਇੰਡਸਟਰੀਆਂ ਦੇ ਹੱਬ
सियालकोट हो गया, शेखपुरा हो गया, गुजरात हो गया, फिर लाहौर भी ऑब्वियसली गुजरांवाला तो है ही है, तो यह वे इंडस्ट्रियल हब जो उस लैंड लगते हैं उस जमीन में, यह शेखपुरा रोड से हैगी मेन ख्याली बाईपास शेखपुरा गुजरांवाला ट्रकों के अड्डे को चल के। जी जी बिल्कुल 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 उसी मेन रोड से हैगी, तो वह उत्थे जड़ा ना जमीन असी सानू उन्होंने तोहफे के तौर पर दी। फिर असी जो एरे नक्शे नक्शाजात मुकम्मल करवाए ने और फिजिबिलिटी कंप्लीट करवाई है, तो नाल बिल्डर एक जो असी हम कॉन्टैक्ट कर जा रहे हैं जोड़ा इन कंसट्रक्ट करेगा इंशाला। तो असी अपना चेयरपर्सन इस मुल्क की मुमताज शख्सियत जनाब हमीद अख्तर साहब न रखे है। अच्छा। एक प्रोग्रेसिव माइंड के बंदे ने, अक्सर लोग साढ़े को सवाल पूछते हैं कि तुम वे कारोबारी आदमी नहीं क्यों नहीं रहा जो चेयरपर्सन रखे, तो कोई शक नहीं वड्डा कारोबारी आदमी भी यार चेयरपर्सन हो सकता सी, लेकिन सब तो वड्डी गल होंदी क्रेडिबिलिटी और किस बंदे दा किस फील्ड च किन्ना काम है। हमीद अख्तर साहब जिहड़े ने उह सभी जानते हैं कि उन्होंने सारी जिंदगी अपनी इंसानियत की खिदमत वास्ते वक्फ की। फिर अगर असी बोर्ड बनाया और सानू बड़ी मतलब खुशी है कि इरफान मुफ्ती साहब जैसे बंदे जो कि साउथ एशियन पार्टनरशिप के हैड ने वो साढ़े नाल एरे च जुड़े और अनकरीब कुछ असी कुछ होर लोगों भी बोर्ड शामिल कर जा रहे हैं, लेकिन एरी टोटल मैनेजमेंट वो स्टूडेंट्स कर रहे हैं, स्टूडेंट टोटल एरी जी मैनेजमेंट है जिनी भी वो सारे स्टूडेंट्स। ठीक है, असी बड़ी जनाब अपना खुशी हुई और एक ऐसी ऐसी सोच तुसी लैके अगे चले जी, अज तो पहले 60 साल किसी को ख्याल नहीं आया कि असी एक मकैनिक नू और मकैनिक बच्चे साढ़े को बड़ा बड़ा आला मकैनिक, कोई शक नहीं बड़ा बड़ा आला पूरी दुनिया से राज कर सकता साडा मकैनिक, और उन्होंने तुम अगर तैलीम और नाल ही एजुकेशन भी दे के बिल्कुल और डिग्री भी दोगे कि वो पूरी दुनिया कितने भी जाके डिग्री के बलबोते से काम कर सकता है, वरना यह मकैनिक किसी दुनिया की जगह पर जाके काम नहीं कर सकता, वरना बड़े बड़े अंग्रेजों को बेहतरीन मकैनिक बेहतरीन। बहुत सानू बड़ी खुशी हुई है थोड़े नाल ही, अगे और गल करांगे साढ़े को फरा जी बैठे ने, उन्होंने भी बड़ी आला आवाज़ है, तुम गाना सुने होगा वे चंगा नहीं हो कीता बीबा। जी जी बिल्कुल बिल्कुल, वो इन्हों की आवाज़ है, वाह जबरदस्त। ते इधर देखो ना नाल मेरा तो पसंदीदा गाना है, पसंदीदा गाना है ना जी जी। ते तुहाडे आने तो पहले से वो सुना चुके हैं, लेकिन एक बोल तुहाडे वास्ते जरूर होएगा। ते इधर देखो जरा काशान साहब की कमाल करते ने, काशान साहब जरा कोई की सुना रहे हो? ये मैं पाकिस्तानी सॉन्ग है जी, ये अभी ना जी सुनाई। मैं आप बड़ा मुतासर हो, फरा जी तुसी को मुतासर हो ना सोच तो कि नहीं?
बहुत अच्छी सोच है और ऐसे यंगस्टर्स हैं जिनकी सोच आगे आनी चाहिए। जिथे मर्जी दुनिया के किसी म्यूजिशियन नाल खिलार दो, हिला के रख देगा, हिला के रख देगा साडा पाकिस्तानी बच्चा। क्यों भाई हैं काशान, अले उम्र ही क्या है, अभी उम्र ही क्या है आपकी बेटा, बड़ा काम करना है और साडा फखर होना है।